ਮੋਗਾ ਦੇ ਬਾਗਾ ਪੁਰਾਣਾ ਦੇ ਇੱਕ ਪਿੰਡ ਦੇ ਵਿੱਚ ਇੱਕ 17 ਸਾਲ ਦੀ ਕੁੜੀ ਨਾਲ ਗੈਂਗ ਰੇਪ ਕੀਤਾ ਗਿਆ। ਦੱਸਦੇ ਕਿ 5 ਦੇ ਕਰੀਬ ਮੁੰਡਿਆਂ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ, ਮਾਰੂਤੀ ਕਾਰ ਦੇ ਵਿੱਚ ਅਗਵਾ ਕਰਕੇ ਖੇਤ ਦੀ ਮੋਟਰ ਤੇ ਲੈ ਗਏ, ਫਿਰ ਉੱਥੇ ਵਾਰੋ ਵਾਰੀ ਸਾਰਿਆਂ ਨੇ ਦੁਸ਼ਕਰਮ ਕੀਤਾ। ਦੱਸਦੇ ਕਿ 17 ਸਾਲ ਇਸ ਕੁੜੀ ਦੀ ਉਮਰ ਹੈ, 5 ਮੁੰਡਿਆਂ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ, ਇੱਕ ਮੁੰਡਾ ਇਸ ਕੁੜੀ ਦੇ ਪਿੰਡ ਦਾ ਹੀ ਰਹਿਣ ਵਾਲਾ। ਸੋ ਬੇਹੋਸ਼ੀ ਦੀ ਹਾਲਤ ਵਿੱਚ ਕੁੜੀ ਨੂੰ ਸਵੇਰ ਵੇਲੇ ਉਸਦੇ ਘਰ ਮੂਹਰੇ ਸੁੱਟ ਦਿੱਤਾ ਤਾਂ ਪੀੜਤ ਪਰਿਵਾਰ ਦੇ ਵੱਲੋਂ ਲੜਕੀ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਦੱਸਦੇ ਕਿ ਪਿੰਡ ਦੀ ਇੱਕ ਕੁੜੀ ਨੂੰ ਅਗਵਾ ਕਰਕੇ ਉਸਦੇ ਨਾਲ ਵਾਰੋ ਵਾਰੀ ਦੁਸ਼ਕਰਮ ਕੀਤਾ। 5 ਮੁੰਡੇ ਨੇ ਜਿਨ੍ਹਾਂ ਨੇ ਖੇਤ ਦੀ ਮੋਟਰ ਤੇ ਲਿਜਾ ਕੇ ਸਾਰੀਆਂ ਹੱਦਾਂ ਪਾਰ ਕੀਤੀਆਂ ਨੇ। ਬੇਹੋਸ਼ ਹੋਈ ਕੁੜੀ ਨੂੰ ਪਰਿਵਾਰ ਆ ਜਿਹੜਾ ਹਸਪੀਟਲ ਲੈ ਗਿਆ, ਉਸਦਾ ਇਲਾਜ ਕੀਤਾ ਜਾ ਰਿਹਾ। ਇਹ ਮਾਮਲਾ 27 ਜਨਵਰੀ ਦੀ ਸ਼ਾਮ ਦਾ ਹੈ। ਬੇਹੋਸ਼ੀ ਦੀ ਹਾਲਤ ਵਿੱਚ ਕੁੜੀ ਨੂੰ ਸਵੇਰੇ ਉਸਦੇ ਘਰ ਮੂਹਰੇ ਸੁੱਟ ਗਏ, ਇੱਕ ਮੁੰਡਾ ਇਸ ਕੁੜੀ ਦੇ ਹੀ ਪਿੰਡ ਦਾ ਰਹਿਣ ਵਾਲਾ। ਸੋ ਮੋਗਾ ਦੇ ਬਾਗਾ ਪੁਰਾਣਾ ਦੇ ਇੱਕ ਪਿੰਡ ਦੇ ਵਿੱਚ ਗੈਂਗ ਰੇਪ ਕੀਤਾ ਗਿਆ 17 ਸਾਲ ਦੀ ਨਾਬਾਲਗਾ ਦੇ ਨਾਲ। ਸੋ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਔਰ ਇਹਨਾਂ ਆਰੋਪੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ। ਸਾਡੀ ਬੇਟੀ ਨਾਲ ਧੱਕਾਸ਼ਾਹੀ ਹੋਈ ਹੈ ਜੀ, ਧੱਕਾਸ਼ਾਹੀ ਉਹਦੇ ਨਾਲ ਹੋਈ ਆ, 4-5 ਜਣੇ ਆ ਜੀ, ਧੱਕਾਸ਼ਾਹੀ ਹੋਈ ਆ ਅਤੇ ਲੈ ਗਏ ਉਹਨੂੰ ਲੈ ਜਾ ਕੇ ਅਤੇ ਉਹਨੂੰ ਆਹ ਕੰਮ ਕੀਤਾ ਜੀ, ਇਹ ਕੰਮ ਕਰਕੇ ਅਤੇ ਜੀ ਤੜਕੇ 4 ਦੇ 5 ਦੇ ਸੰਝ ਦੇ ਵਿੱਚ ਜੀ ਉੱਥੇ ਜਾ ਕੇ ਸਾਡੇ ਗਲੀ ਦੇ ਵਿੱਚ ਸਿੱਟ ਗਏ ਜੀ ਘਰ ਕੋਲ ਜੀ। ਉੱਥੋਂ ਜਾ ਕੇ ਅਸੀਂ ਤੜਕੇ ਸਾਨੂੰ ਪਤਾ ਲੱਗਿਆ, ਸਾਰੀ ਰਾਤ ਲੱਭਦੇ ਰਹੇ, ਤੜਕੇ ਸੁਬਹਾ 5 ਵਜੇ ਦੇ ਲਾਗੇ ਲਾਗੇ ਉੱਥੇ ਅਸੀਂ ਜਾ ਕੇ ਚੱਕੀ ਆ ਜੀ, ਚੱਕੀ ਆ ਅਤੇ ਉੱਥੋਂ ਜਾ ਕੇ ਜੀ ਘਰ ਲੈ ਗਏ। ਘਰ ਲਿਜਾ ਕੇ ਜੀ ਮੈਨੂੰ ਕਿਸੇ ਨੇ ਤੁਰਨ ਨਹੀਂ ਦਿੱਤਾ ਜੀ ਉੱਥੋਂ, ਵੀ ਲੜਕੀ ਨਹੀਂ ਲਿਜਾਣੀ ਹਜੇ। ਫਿਰ ਮੈਂ 2 ਵਜੇ ਦੇ ਲਾਗੇ ਲਾਗੇ ਫਿਰ ਹਸਪਤਾਲ ਦੇ ਵਿੱਚ ਅਸੀਂ ਲੈ ਕੇ ਆਏ ਜੀ। ਅਸੀਂ ਇਨਸਾਫ ਚਾਹੀਦਾ ਜੀ, ਮੇਰੀ ਧੀ ਨੂੰ ਇਨਸਾਫ ਚਾਹੀਦਾ ਜੀ। ਲੈ ਕੇ ਗਏ ਸੀ ਕਿੰਨੇ ਜਣੇ? ਲੈ ਕੇ ਗਏ 5 ਜਣੇ ਆ ਜੀ, ਇੱਕ ਜਣਾ ਸਤਮਾ ਉਹਦਾ ਨਾਂ ਲਸਮਣ ਸਿੰਘ ਹੈ ਜੀ, ਉਹ ਲੈ ਕੇ ਗਿਆ ਜੀ। ਉੱਥੇ ਵੀ ਬੰਦੇ ਛੱਡੇ ਹੋਏ ਸੀਗੇ ਜੀ। ਕਿੱਥੋਂ ਲੈ ਗਿਆ, ਕਿੱਥੇ ਗਈ ਸੀ ਕੁੜੀ? ਕਿੱਥੇ ਗਈ ਸੀ? ਕੰਮ 'ਤੇ ਗਈ ਸੀਗੀ ਜੀ, ਉੱਥੋਂ ਦੁਕਾਨ ਤੋਂ ਹੀ ਸਾਨੂੰ ਚੱਕ ਲਈ ਜੀ। ਕਿੰਨੀ ਉਮਰ ਕਿੰਨੀ ਕੁੜੀ ਦੀ? ਹੈਗੀ 17 ਸਾਲ ਦੇ ਲਾਗੇ ਲਾਗੇ ਆ ਜੀ। ਕੀ ਹਾਲਾਤ ਕੀ ਨੇ ਕੁੜੀ ਦੇ? ਕੁੜੀ ਦੇ ਹਾਲਾਤ ਬਹੁਤ ਮਾੜੇ ਆ ਜੀ, ਵੇਖਿਆ ਵੀ ਨਹੀਂ ਜਾਂਦਾ ਕੁੜੀ ਨੂੰ, ਥਾਂ ਥਾਵਾਂ 'ਤੇ ਸੱਟਾਂ ਜੀ, ਥਾਵਾਂ ਥਾਵਾਂ 'ਤੇ ਗੋਡੇ ਛਿੱਲੇ ਪਏ, ਥਾਵਾਂ ਥਾਵਾਂ 'ਤੇ ਛਿੱਲੀ ਪਈ ਆ ਜੀ। ਆਪਾਂ ਨੂੰ ਇਨਸਾਫ ਚਾਹੀਦਾ ਜੀ, ਇਨਸਾਫ ਦਿਓ, ਇਨਸਾਫ ਆਪਾਂ ਇਨਸਾਫ ਮੰਗ ਰਹੇ ਹਾਂ, ਇਨਸਾਫ ਮਿਲਣਾ ਚਾਹੀਦਾ ਜ਼ਰੂਰੀ, ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਜੀ, ਇਹੋ ਜਿਹੇ ਬੰਦਿਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਜੀ। ਕੀ ਕਰਦੀ ਸੀ ਕੁੜੀ? ਸਿਲਾਈ ਦਾ ਕੰਮ ਕਰਦੀ ਸੀਗੀ ਜੀ, ਕੱਪੜਿਆਂ ਕੁੱਪੜਿਆਂ ਦਾ, ਸਿਲਾਈ ਦਾ ਆਪਦੇ ਘਰ ਵੀ ਕੰਮ ਕਰਦੀ ਹੁੰਦੀ ਸੀਗੀ ਜੀ। ਬਾਈ ਜੀ, ਜਿਹੜੀ ਰੇਪ ਹੈ, ਲੜਕੀ ਨਾਬਾਲਗ ਹੈਗੀ ਹੈ, ਤਕਰੀਬਨ 17 ਸਵਾ 17 ਸਾਲ ਦੀ ਉਹਦੀ ਉਮਰ ਹੈ, ਔਰ ਉਹ ਦੁਕਾਨ 'ਤੇ ਕੋਈ ਸਮਾਨ ਲੈਣ ਗਈ ਸੀਗੀ, ਉੱਥੋਂ ਜਿਹੜੇ ਸੀਗੇ ਉਹਨਾਂ ਨੇ ਮੁੰਡਿਆਂ ਨੇ ਚੱਕ ਕੇ ਗੱਡੀ 'ਚ ਸੈੱਟ ਲਿਆ, ਗੱਡੀ 'ਚ ਸੈੱਟ ਲਿਆ ਕੇ ਸਾਰੀ ਰਾਤ ਉਹਦੇ ਨਾਲ ਵਿਚਾਰੀ ਦੇ ਨਾਲ ਜਾਤੀ ਕੀਤੀ, ਔਰ ਉਹਨੂੰ ਸਵੇਰੇ ਫਿਰ ਸੜਕ 'ਤੇ ਸੈੱਟ ਗਏ, ਜਿਹੜਾ ਮੈਨੂੰ ਪਤਾ ਲੱਗਿਆ ਹੈਗਾ। ਉਹਨਾਂ ਦਾ ਪਰਿਵਾਰ ਮੈਨੂੰ ਮਿਲਿਆ ਸੀਗਾ, ਮੈਂ ਉਸੇ ਵੇਲੇ ਹੀ ਉਹਨਾਂ ਨੂੰ ਥਾਣੇ ਨਹੀਂ ਜਾਣ ਦਿੰਦੇ ਸੀਗੇ, ਉਹਨਾਂ ਦੀ ਇੰਨੀ ਗੁੰਡਾਗਰਦੀ ਹੈ, ਜਿਹੜੇ ਮੁੰਡਿਆਂ ਨੇ ਇਹ ਕੰਮ ਕੀਤਾ ਹੈਗਾ ਉਹਨਾਂ ਦੀ ਇੰਨੀ ਦਹਿਸ਼ਤ ਹੈ ਕਿ ਥਾਣੇ ਨਹੀਂ ਜਾਣ ਦਿੰਦੇ ਸੀਗੇ। ਫਿਰ ਅਸੀਂ ਸਾਡੇ ਮੰਡਲ ਦਾ ਪ੍ਰਧਾਨ ਆ ਚਮਨ ਲਾਲ ਜਿਹੜਾ, ਅਸੀਂ ਉਹਦੀ ਡਿਊਟੀ ਲਾਈ, ਉਹਦੇ ਨਾਲ ਅਸੀਂ ਕੁੜੀ ਨੂੰ ਬਾਘੇ ਪੁਰਾਣੇ ਹਸਪਤਾਲ ਭੇਜਿਆ, ਬਾਘੇ ਪੁਰਾਣੇ ਵਾਲੇ ਨੇ ਮੋਗੇ ਭੇਜਿਆ, ਔਰ ਮੋਗੇ ਵਾਲਿਆਂ ਨੇ ਇੱਥੇ ਉਹਦਾ ਇਲਾਜ ਚੱਲ ਰਿਹਾ ਹੈਗਾ। ਅੱਜ ਉਹਦਾ 3ਜਾ ਦਿਨ ਹੈਗਾ, ਅਤੇ 3ਜੇ ਦਿਨ ਬਾਅਦ ਕੱਲ੍ਹ ਅਸੀਂ ਥਾਣੇ ਦੇ ਜਿਹੜੇ SHO ਨੇ ਬਾਘਾ ਪੁਰਾਣਾ ਥਾਣੇ ਦੇ,
ਉਹਨਾਂ ਦੇ ਨਾਲ ਗੱਲ ਕੀਤੀ ਕਿਉਂਕਿ DSP ਸਾਹਿਬ ਨਾਲ ਪਹਿਲਾਂ ਗੱਲ ਹੋਈ ਸੀਗੀ ਜਿਹੜੇ ਨਵੇਂ ਲੱਗੇ ਸਰਦਾਰ ਦਲਵੀਰ ਸਿੰਘ ਸਿੱਧੂ, ਉਦੋਂ ਉਹਨਾਂ ਨੇ ਕਿਹਾ ਸੀ ਕਾਰਵਾਈ ਕਰਾਂਗੇ, ਫਿਰ ਉਹਨਾਂ ਨੂੰ ਮੈਨੂੰ ਪਤਾ ਲੱਗਿਆ ਕਿ ਉਹ ਫਲੋਰ ਗਏ ਨੇ, ਉਹ ਉਹਨਾਂ ਦੀ ਕੋਈ ਟ੍ਰੇਨਿੰਗ ਆ। ਪਰ ਕੱਲ੍ਹ ਅਸੀਂ ਜਦੋਂ ਸ਼ਾਮ ਨੂੰ ਵਫਦ ਲੈ ਕੇ ਜਦੋਂ ਮੈਂ SHO ਸਾਹਿਬ ਨੂੰ ਮਿਲਿਆ ਕਿ ਜੀ ਇਹ ਤਾਂ ਬਹੁਤ ਜਾਤੀ ਹੈ, ਜੇ ਤੁਸੀਂ ਕਾਰਵਾਈ ਨਹੀਂ ਕੀਤੀ ਤਾਂ ਅਸੀਂ ਕੋਈ ਸੰਘਰਸ਼ ਵਿੱਢਾਂਗੇ, ਐਡੀ ਜਾਤੀ ਨਹੀਂ ਕਰਨੀ ਕਿ ਇੱਕ ਨਾਬਾਲਗ ਲੜਕੀ ਦੇ ਨਾਲ ਸਮੂਹਿਕ ਜਿਹੜਾ ਬਲਾਤਕਾਰ ਹੋਇਆ, ਬੜੀ ਨਿੰਦਾ ਵਾਲੀ ਘਟਨਾ ਹੈਗੀ ਹੈ। ਜੇ ਤੁਸੀਂ ਨਾ ਕੀਤਾ ਫਿਰ ਅਸੀਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ, ਥਾਣਾ ਵੀ ਘੇਰਾਂਗੇ। ਪਰ SHO ਸਾਹਿਬ ਨੇ ਸਾਡੀ ਇੰਨੀ ਵਧੀਆ ਗੱਲ ਸੁਣੀ, ਉਹਨਾਂ ਨੇ ਸਾਨੂੰ ਆਖਿਆ ਕਿ ਕੱਲ੍ਹ ਸ਼ਾਮ ਤੀਕਰ ਅਸੀਂ FIR ਦਰਜ ਕਰ ਲਾਂਗੇ। ਔਰ ਕੁੜੀ ਦੇ ਕੱਲ੍ਹ ਲੇਡੀ ਕੌਂਸਟੇਬਲ ਆ ਕੇ ਔਰ ਨਾਲ ਉਹਦੇ ਨਾਲ ਥਾਣੇਦਾਰ ਆ ਕੇ ਉਹ ਬਿਆਨ ਲੈ ਗਏ ਸੀਗੇ। ਉਸ ਤੋਂ ਬਾਅਦ ਰਾਤ ਕੱਲ੍ਹ ਹੁਣ ਪਤਾ ਲੱਗਿਆ ਅੱਜ ਸਵੇਰੇ ਕਿ FIR ਨੰਬਰ 11 ਦਰਜ ਹੋ ਚੁੱਕੀ ਹੈਗੀ ਹੈ। ਜਿਹੜੇ ਬੰਦਿਆਂ ਨੇ ਇਹ ਕਾਸਤਾਨੀ ਕੀਤੀ ਹੈਗੀ ਹੈ ਉਹਨਾਂ 'ਤੇ FIR ਦਰਜ ਕਰ ਲਈ ਗਈ ਹੈਗੀ ਹੈ। ਪਰ ਮੈਨੂੰ ਐਂ ਲੱਗਦਾ ਕਿ ਕਿਸੇ ਪ੍ਰੈਸ਼ਰ ਹੇਠਾਂ ਆ ਕੇ ਉਹ ਬੰਦਿਆਂ ਨੂੰ ਇਹ ਨਾ ਹੋਵੇ ਕਿ ਗ੍ਰਿਫਤਾਰ ਨਾ ਕਰਨ। ਜੇ ਗ੍ਰਿਫਤਾਰ ਨਾ ਕੀਤਾ ਤਾਂ ਸਾਡੀ ਜਿਹੜੀ ਪਾਰਟੀ ਹੈਗੀ ਹੈ ਉਹ ਪਿੱਛੇ ਨਹੀਂ ਹਟੂਗੀ, ਇਸ ਗਰੀਬ ਪਰਿਵਾਰ ਦੇ ਨਾਲ ਖੜੀ ਹੈਗੀ ਹੈ ਔਰ ਹਮੇਸ਼ਾ ਖੜ੍ਹੇ ਰਵਾਂਗੇ। ਫਿਰ ਨਾ ਆਖਣ ਕਿ ਅਸੀਂ ਧਰਨਾ ਦੇ ਰਹੇ ਹਾਂ ਜਾਂ ਹੋਰ ਕਰ ਰਹੇ ਹਾਂਗੇ, ਕਿਉਂਕਿ ਇਸ ਚੀਜ਼ ਇਹ ਜਿਹੜੀਆਂ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ, ਇਹਦੇ 'ਚ ਅਸੀਂ ਰਾਜਨੀਤੀ ਨਹੀਂ ਵੜਨਾ ਚਾਹੁੰਦੇ। ਅਸੀਂ ਕਹਿੰਦੇ ਕਿ ਜਿਨ੍ਹਾਂ ਨੇ ਇਹ ਦੁਸ਼ਕਰਮ ਕੀਤਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈਗੀ ਹੈ, ਉਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ। ਜੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਫਿਰ ਅਸੀਂ ਆਪਦਾ ਅਗਲਾ ਐਕਸ਼ਨ ਜਿਹੜਾ ਲਿਖਾਂਗੇ।